ਇਹ ਬਾਰ-ਬਾਰ ਪ੍ਰੈਸ ਵੱਲੋਂ ਸਾਨੂੰ ਫੋਨ ਆ ਰਹੇ ਨੇ ਭਾਰਤੀ ਕਿਸਾਨ ਜੀਕਤਾ ਵਗਰਾਹਾਂ ਨੂੰ ਕਿ 13 ਤਰੀਕ ਨੂੰ ਤੁਸੀਂ ਦਿੱਲੀ ਨਹੀਂ ਜਾ ਰਹੇ ਤੇ ਸਾਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇ ਦਿੱਲੀ ਵਾਲੀ ਜਿਹੜੀ 13 ਤਰੀਕ ਦੀ ਰੈਲੀ ਹੈ ਉਹ ਤੋਂ ਤੁਸੀਂ ਨੇ ਪੈਰ ਪਖਿਆਹਾ ਕਰ ਲਏ ਜਿਹਨੇ ਜਿਹੜੇ ਆ ਸਵਾਲ ਨੇ ਪ੍ਰੈਸ ਦੇ ਜਿਹਨੇ ਖਾਮਖਾ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਤੇ ਜਥੇਬੰਦੀਆਂ ਨੂੰ ਇੱਕ ਦੂਜੇ ਨੂੰ ਪੜ੍ਹਾਉਣ ਵਾਲੀ ਜਿਹੜੀ ਨੀਤੀ ਹੈ ਬੇਤ ਮੀਡੀਆ ਦੀ ਅਸੀਂ ਉਹਦੀ ਨਿੰਦਿਆ ਕਰਦੇ ਆ ਉਹ ਜਿੱਥੇ ਬੰਦਿਆਂ ਦਾ ਇੱਕ ਫਾਰਮ ਹੈ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਕੇ ਐਮ ਐਮ ਐਫ ਕਿਸਾਨ ਮਜ਼ਦੂਰ ਮੋਰਚਾ ਇਹ ਦੋ ਫਾਰਮਾਂ ਨੇ 13 ਤਰੀਕ ਦੀ ਦਿੱਲੀ ਮੋਰਚਾ ਜਿਹੜੀਆਂ ਦਿੱਲੀ ਦੀਆਂ ਰਹਿੰਦੇ ਮੋਰਚਿਆਂ ਮੰਗਾਂ ਦੇ ਆਧਾਰ ਤੇ ਉਹਨਾਂ ਨੂੰ ਅਧਿਕਾਰ ਆ ਰੱਖ ਸਕਦੇ ਨੇ ਤੇ ਸਰਕਾਰ ਨੇ ਉਹਨਾਂ ਨੂੰ ਰੋਕਾਂ ਲਾ ਕੇ ਥਾਂ ਥਾਂ ਤੇ ਪਿੰਡਾਂ 'ਚ ਵੀ ਘੇਰੇ ਆ ਤੇ ਅੱਗੇ ਉਹਨਾਂ ਨੇ ਪੱਕੀਆਂ ਕੰਧਾਂ ਵੀ ਗੜਤੀਆਂ ਜਿਹੜੀ ਸਰਕਾਰ ਜਮਹੂਰੀਆ ਦੇ ਹੋਕੇ ਮਾਰ ਰਹੀ ਹੈ ਕਿ ਬਹੁਤ ਜਮਹੂਰੀਅਤ ਹੈ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਹਨਾਂ ਨੂੰ ਆਪਣੀਆਂ ਮੰਗਾਂ ਤੇ ਸੰਘਰਸ਼ ਕਰਨ ਦਾ ਅਧਿਕਾਰ ਹੈ ਉਹ ਆਪਣੀ ਮੰਗ ਰੱਖ ਸਕਦੇ ਨੇ ਜਾ ਸਕਦੇ ਨੇ ਤੇ ਅੱਜ 2024 ਨੇ ਵੋਟਾਂ ਸਿਰਤੇ ਨੇ ਸਰਕਾਰ ਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਸਾਨੂੰ ਸਿਆਸੀ ਤੌਰ ਤੇ ਕਿੰਨਾ ਨੁਕਸਾਨ ਹੋਊਗਾ ਇਹ ਗੱਲ ਦੀ ਪਰਵਾਹ ਕੀਤੇ ਬਗੈਰ ਜਿਵੇਂ ਹਰਿਆਣੇ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਦ ਦਿੱਲੀ ਜਾਣ ਤੋਂ ਡੱਕਿਆ ਜਾ ਰਿਹਾ ਤੇ ਉਹਨਾਂ ਵਾਸਤੇ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਅੱਜ ਅੱਜ ਕੀ ਹੋਣਾ ਹੈ ਅੱਜ 12 ਤਰੀਕ ਹੈ ਇੱਕ ਪਾਸੇ ਸਰਕਾਰ ਵੱਲੋਂ ਵਾਸਤੇ ਉਹਨਾਂ ਦੇ ਨੁਮਾਇंदे ਸੱਦੇ ਹੋਏ ਨੇ ਇੱਕ ਪਾਸੇ ਰੋਕਾ ਲਾ ਕੇ ਉਹਨਾਂ ਨੂੰ ਘਰਾਂ 'ਚ ਬੰਦ ਕੀਤਾ ਜਾ ਰਿਹਾ ਹੈ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਹਾਂ ਅੱਜ ਸਾਡੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੇ ਵਿੱਚ ਵੀ ਅਸੀਂ ਹੋਰ ਜਥੇਬੰਦੀਆਂ ਤਪਕਾਤੀ ਜਥੇਬੰਦੀਆਂ ਇਕੱਠੀਆਂ ਕਰਕੇ ਮੀਟਿੰਗ ਕੀਤੀ ਹੈ ਬਰਨਾਲੇ ਦੇ ਵਿੱਚ ਉਹਨਾਂ ਸਾਰਿਆਂ ਨੇ ਮਤਾਂ ਪਾ ਕੇ ਇਹਦੀ ਨਖੇਦੀ ਕੀਤੀ ਹੈ ਤੇ ਅਸੀਂ ਜ਼ੋਰਦਾਰ ਆਪਣੀ ਜਥੇਬੰਦੀ ਵੱਲੋਂ ਇਹਦੀ ਲਿਖੇਦੀ ਕਰਦੇ ਆਂ ਹਾਂ ਅਸੀਂ ਸੰਯੁਕਤ ਮੋਰਚੇ ਵੱਲ ਜਿੱਥੇ ਜਥੇਬੰਦੀਆਂ ਚਾ ਜਦੋਂ ਸੰਯੁਕਤ ਮੋਰਚਾ ਕੋਈ ਕਾਲ ਦੇਊਗਾ ਦਿੱਲੀ ਜਾਣ ਦੀ ਦੇਊਗਾ ਉਥੇ ਪਾਸ ਹੋਊਗੀ ਅਸੀਂ ਉਹ ਵੀ ਕਰਾਂਗੇ ਤੇ 16 ਤਰੀਕ ਨੂੰ ਅਸੀਂ ਭਾਰਤ ਬੰਦ ਦੇ ਵਿੱਚ ਸਾਰੇ ਪੰਜਾਬ ਦੀਆਂ ਤਬਕਾਤੀ ਜਥੇਬੰਦੀਆਂ ਚ ਸ਼ਾਮਲ ਹੋ ਰਹੀਆਂ ਨੇ ਸੰਯੁਕਤ ਮੋਰਚਾ ਵੀ ਇੱਥੇ ਸ਼ਾਮਲ ਹੈ ਤੇ ਸਾਡੀ ਜਥੇਬੰਦੀ ਵੀ ਜ਼ੋਰ ਨਾਲੇ ਚ ਸ਼ਾਮਲ ਹੋਊਗੀ